Yeah.
ਇੱਥੇ ਆ ਕੇ ਜਪਣ ਨੂੰ ਜੀ ਕੀਤਾ ਔਰ ਇੱਥੇ ਆ ਕੇ ਜਪਿਆ ਜਾਂਦਾ ਔਰ ਕਿਤੇ ਜਪਿਆ ਹੀ ਨਹੀਂ ਜਾਂਦਾ। ਇਹ ਘੜੀ ਹੈ ਸ਼ਬਦ ਸੱਚੀ ਟਕਸਾਲ, ਇਹ ਟਕਸਾਲ ਹੈ ਜਿੱਥੇ ਖੋਟਿਆਂ ਨੂੰ ਭੰਨ ਕੇ ਤੇ ਮੁੜ ਖੜਾ ਬਣਾਇਆ ਜਾਂਦਾ, ਨਾ ਜਪਣ ਵਾਲਿਆਂ ਨੂੰ ਜਿੱਥੇ ਜਪਣ ਵਾਲਾ ਕੀਤਾ ਜਾਂਦਾ। ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ, ਤੈਨੂੰ ਜਪਣਾ ਐਸਾ ਸਹਿਜ ਹੋ ਜਾਏਗਾ, ਜਪਣਾ ਏਡਾ ਸੌਖਾ ਹੋ ਜਾਏਗਾ ਜੇ ਸੰਗਤ ਦਾ ਨੇਮੀ ਹੋ ਜਾਵੇ ਤੇ ਕੀਰਤਨ ਨਾਲ ਪਿਆਰ ਕਰ ਲਵੇ। ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ, ਨਹੀਂ ਤੇ ਜਪਣਾ ਜਪਣਾ ਜਪਦਾ ਜਿਵੇਂ ਪਹਾੜ ਹੈ। ਬਾਬਾ ਜੀ ਕੋਲ ਕੋਈ ਨਵਾਂ ਜਿਹਾ ਜੱਟ ਆਇਆ, ਪੂਰਨਮਾਸ਼ੀ ਦਾ ਦਿਨ ਸੀ, ਜਿਸ ਵੇਲੇ ਪਾਠ ਵਰਤੇ ਤਾਂ ਇੱਕ ਪਾਠ ਉਹਨੇ ਵੀ ਲੈ ਲਿਆ। ਕੁਝ ਮਹੀਨੇ ਫਿਰ ਕੋਈ ਨਾ ਆਇਆ ਤੇ ਫਿਰ ਇੱਕ ਵਾਰੀ ਜਦੋਂ ਆਇਆ ਤਾਂ ਕੋਈ ਵਾਕਫ ਮਿਲੇ ਉਸ, ਬਈ ਤੂੰ ਤੇ ਉਹੀ ਹੈ, ਇੱਕ ਦਿਨ ਆਇਆ ਸੀ ਪਾਠ ਵੀ ਲੈ ਗਿਆ ਸੀ ਤੇ ਐਤਕੀ ਤੂੰ ਪੁੰਨਿਆ ਤੇ ਆਇਆ ਪਰ ਪਾਠ ਨਹੀਂ ਲਿਆ, ਅੱਗੇ ਛੱਡ ਯਾਰ ਅੱਗੇ ਵੀ ਗਲਾਵਾਂ ਗੱਲ ਪੈ ਗਿਆ ਸੀ, ਮਸਾਂ ਗੱਲੋਂ ਲਾਇਆ। ਤੋ ਕਈਆਂ ਨੂੰ ਜਪਣਾ ਗੱਲ ਗਲਾਵਾਂ, ਸੰਸਾਰ ਦੇ ਗਲਾਵੇਂ ਜਿਤਨੇ ਮਰਜ਼ੀ ਪੈ ਜਾਣ ਉਹ ਤਾਂ ਖੁਸ਼ੀ ਨਾਲ ਪਵਾਈ ਜਾਏਗਾ, ਪਰ ਜਿਹੜਾ ਸਾਰੇ ਬੰਧਨ ਕੱਟਣ ਵਾਲਾ ਬੰਧਨ ਹੈ ਉਸ ਬੰਧਨ ਨੂੰ ਨਾ ਕਬੂਲੇਗਾ। ਸਾਰਿਆਂ ਕਰਮਾਂ ਦਾ ਸ਼੍ਰੋਮਣੀ ਕਰਮ ਇੱਕੋ ਕਰਮ ਕਰ ਲੈ ਸਾਰੇ ਹੋ ਗਏ, ਪਰ ਨਹੀਂ, ਸਾਰੇ ਕਰਮ ਕਰਦਾ ਤੇ ਇਹ ਇੱਕ ਨਹੀਂ ਕਰਦਾ, ਤੇ ਜਿੰਨਾ ਚਿਰ ਇਹ ਇੱਕ ਕਰਮ ਨਾ ਕਰੇਗਾ ਕੋਈ ਕਰਮ ਫਲੇਗਾ ਨਹੀਂ। ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ, ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ, ਮੁਕਤ ਪਇਓ ਚਮਿਆਰੋ। ਇਸਨੇ ਚਮਿਆਰਾਂ ਨੂੰ ਮੁਕਤ ਕੀਤਾ ਹੈ, ਨੀਚਾਂ ਨੂੰ ਊਚ ਬਣਾਇਆ ਹੈ, ਉਹ ਕਰਮ ਹੈ ਨਾਮ। ਸਗਲ ਕਰਤੂਤ ਕੇ ਉੱਪਰ ਕਰਮ, ਇਹ ਕਰਮ ਮਿਲੇ ਆਖਣ ਤੇਰਾ ਨਾਉ, ਤੇਰਾ ਕਰਮ ਹੋਵੇ, ਤੇਰੀ ਨਜ਼ਰ ਹੋਵੇ, ਤੇਰੀ ਰਹਿਮਤ ਹੋਵੇ, ਤੇਰੀ ਕਿਰਪਾ ਹੋਵੇ ਤੇ ਤਾਂ ਸਾਨੂੰ ਨਾਮ ਆਖਣਾ ਮਿਲੇ। ਤੇ ਸੰਗਤ ਵਿੱਚ ਆ ਕੇ ਜੇ ਨਾਮ ਜਪਣਾ ਮਿਲਦਾ ਹੈ ਤਾਂ ਸਮਝ ਲਓ ਇੱਥੇ ਆ ਕੇ ਵਾਹਿਗੁਰੂ ਦਾ ਕਰਮ ਹੁੰਦਾ, ਵਾਹਿਗੁਰੂ ਦੀ ਨਜ਼ਰ ਹੁੰਦੀ ਹੈ, ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਗੱਲ ਗੱਲ ਵਿੱਚ ਮੰਗਦਾ ਹੈ ਜੀ ਮਿਹਰ ਕਰੋ, ਤੇ ਮਿਹਰ ਜਿਸ ਕੰਮ ਤੇ ਹੁੰਦੀ ਹੈ ਉਹ ਕੰਮ ਕਰਦਾ ਨਹੀਂ। ਸਾਹਿਬ ਆਖਦੇ ਨੇ ਤੇਰੇ ਨਾਮ ਦੀ ਕਿਤਨੀ ਕੁ ਵਡਿਆਈ ਕਰਾਂ। ਜਪਣ ਵਾਲਿਆਂ ਨੂੰ ਪੁੱਛੋ ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੂੰ ਸਵਾਦ ਆਇਆ, ਜਿਨ੍ਹਾਂ ਨੇ ਰਸ ਮਾਣਿਆ, ਰਾਮ ਏਕ ਤਾਪਤ ਤਿਆ ਤਾਰੀ, ਨਾਮ ਕੋਟ ਖਲ ਕੁਮਤ ਉਧਾਰੀ। ਤੇ ਰਾਮ ਜੀ ਨੇ ਤਾਂ ਇੱਕ ਅਹਲਿਆ ਨੂੰ ਤਾਰਿਆ ਜੋ ਪੱਥਰ ਹੋਈ ਪਈ ਸੀ, ਪਤੀ ਨੇ ਸਰਾਪ ਦਿੱਤਾ ਸੀ, ਗੌਤਮ ਨਾਰ ਅਹਲਿਆ ਤਿਸ ਦੇਖ ਇੰਦਰ ਲੁਭਾਣਾ, ਬੜੀ ਸੁੰਦਰ ਸੀ ਅਹਲਿਆ, ਇੰਦਰ ਦੇ ਕੰਨਾਂ ਤੱਕ ਵੀ ਸਰੋਤ ਪਈ ਇਸ ਦੀ ਸੁੰਦਰਤਾ ਦੀ। ਲੱਗਾ ਸੋਚਣ ਕਿਸ ਤਰ੍ਹਾਂ ਜਾਵਾਂ, ਗੌਤਮ ਬੜਾ ਡਾਢਾ ਹੈ, ਬੜੀ ਕਲਾ ਵਾਲਾ ਹੈ, ਉਸਦੇ ਹੁੰਦਿਆਂ ਤਾਂ ਜਾਵਣ ਦੀ ਜ਼ਰੂਰਤ ਨਹੀਂ, ਹਾਂ ਜੇ ਕਿਤੇ ਝੁੱਗੀਓਂ ਬਾਹਰ ਚਲਾ ਜਾਏ, ਕੋਈ ਕਰਾਂ ਬਹਾਨਾ ਇਸਦੇ ਬਾਹਰ ਕੱਢਣ ਦਾ। ਅਜੇ ਸਵੇਰ ਸੀ, ਰਾਤ ਅੱਧੀ ਸੀ, ਗੌਤਮ ਨਿੱਤ ਦਾ ਨੇਮੀ ਅੰਮ੍ਰਿਤ ਵੇਲੇ ਜਾਗਣ ਵਾਲਾ, ਜਾਂ ਕੁੱਕੜ ਨੇ ਬਾਂਗ ਦਿੱਤੀ ਤੇ ਚੰਦਰਮਾ ਚੜਿਆ, ਇਹ ਜਾਂਦਾ ਸੀ ਇਸ਼ਨਾਨ ਕਰਨ ਤੇ ਇੰਦਰ ਨੇ ਆਖਿਆ ਕੁੱਕੜ ਨੂੰ ਅੱਜ ਬਾਂਗ ਜਰਾ ਕੁ ਪਹਿਲੇ ਦੇ ਦੇ, ਚੰਦਰਮਾ ਨੂੰ ਆਖਿਆ ਛੇਤੀ ਚੜ ਜਾ। ਤੇ ਗੌਤਮ ਉੱਠਿਆ, ਵੇਲਾ ਹੋ ਗਿਆ ਇਸ਼ਨਾਨ ਦਾ, ਇਹ ਘਰੋਂ ਬਾਹਰ ਨਿਕਲਿਆ ਤੇ ਗੌਤਮ ਦਾ ਰੂਪ ਧਾਰ ਕੇ ਇੰਦਰ ਗੌਤਮ ਦੇ ਘਰ ਆ ਗਿਆ। ਅਹਲਿਆ ਨੇ ਆਖਿਆ ਸਵਾਮੀ ਤੁਸੀਂ ਤਾਂ ਹੁਣੇ ਗਏ ਸੀ ਇਸ਼ਨਾਨ ਕਰਨ। ਉਹਨੇ ਆਖਿਆ ਨਹੀਂ ਅਜੇ ਵਿਹਲਾ ਨਹੀਂ ਹੋਇਆ।
ਉਹ ਗਿਆ ਗੰਗਾ ਤੇ ਜਿਸ ਵੇਲੇ ਇਸ਼ਨਾਨ ਕਰਨ ਲੱਗਾ ਤਾਂ ਗੰਗਾ ਨੇ ਆਖਿਆ ਕੌਣ ਗੌਤਮ ਬੜਾ ਜਲਦੀ ਆ ਗਿਆ ਆਖੇ ਨਹੀਂ ਕੁੱਕੜ ਬੋਲ ਗਿਆ ਚੰਦਰਮਾ ਚੜ ਗਿਆ ਉਹਨੇ ਆਖਿਆ ਨਹੀਂ ਤੇਰੇ ਨਾਲ ਛਲ ਹੋ ਗਿਆ ਤੇਰਾ ਰੂਪ ਬਣਾ ਕੇ ਇੰਦਰ ਪਾਪ ਕਰਨ ਤੇਰੇ ਘਰ ਗਿਆ ਗੌਤਮ ਜਾ ਤੇਰੇ ਘਰ ਨੂੰ ਚੋਰ ਲੱਗੇ ਹਨ ਗੌਤਮ ਜਿਸ ਵੇਲੇ ਆਇਆ ਉਸ ਵੇਲੇ ਇੰਦਰ ਜਾ ਰਿਹਾ ਸੀ ਇੰਦਰ ਨੂੰ ਵੀ ਸਰਾਪ ਦਿੱਤਾ ਤੇ ਆਪਣੀ ਇਸਤਰੀ ਨੂੰ ਵੀ ਸਰਾਪ ਦਿੱਤਾ ਕਿ ਤੂੰ ਪੱਥਰ ਹੋ ਜਾ ਉਹਨੇ ਜਾਂ ਦੇਖਿਆ ਤੇ ਅਚਰਜ ਹੋ ਗਈ ਇੱਕ ਮੇਰਾ ਪਤੀ ਹੁਣੇ ਅੰਦਰੋਂ ਬਾਹਰ ਗਿਆ ਤੇ ਦੂਜਾ ਕੌਣ ਆ ਗਿਆ ਜਿਸ ਵੇਲੇ ਉਹਨੂੰ ਇਸ ਛਲ ਦਾ ਪਤਾ ਲੱਗਾ ਤਾਂ ਕੰਬਣ ਲੱਗ ਗਈ ਸਵਾਮੀ ਮੇਰਾ ਤਾਂ ਦੋਸ਼ ਨਹੀਂ ਉਹ ਤਾਂ ਹੂ ਬਹੂ ਤੁਸੀਂ ਸਾਓ ਉਹਨੇ ਆਖਿਆ ਤੂੰ ਪਤਵਰਤਾ ਸੀ ਤੂੰ ਦੇਖਿਆ ਕਿਉਂ ਪਰ ਹੁਣ ਮੇਰੇ ਮੂੰਹੋਂ ਸਰਾਪ ਨਿਕਲ ਗਿਆ ਔਰ ਤੂੰ ਪੱਥਰ ਜ਼ਰੂਰ ਹੋਏਗੀ ਮੈਂ ਸਮਝਦਾ ਇਸ ਵਿੱਚ ਦੋਸ਼ ਤੇਰਾ ਨਹੀਂ ਉਹੀ ਪਾਪੀ ਹੈ ਤੇ ਹੁਣ ਮੈਂ ਕਦੋਂ ਬਖਸ਼ੀ ਜਾਵਾਂਗੀ ਉਹਨੇ ਆਖਿਆ ਜਦੋਂ ਰਾਮ ਜੀ ਆਉਣ ਰਾਮ ਜੀ ਆਉਣਗੇ ਅਜੇ ਤਾਂ ਬੜੀ ਦੇਰ ਹੈ ਰਾਮ ਜੀ ਦੇ ਆਉਣ ਨੂੰ ਕਿਉਂਕਿ ਮਰਿਆਦਾ ਪਹਿਲਾਂ ਇਹ ਬਣੀ ਸੀ ਕਿ ਸਤਯੁਗ ਤੇ ਫਿਰ ਦੁਆਪੁਰ ਤੇ ਫਿਰ ਤ੍ਰੇਤਾ ਉਹਨੇ ਆਖਿਆ ਅਜੇ ਤਾਂ ਦੁਆਪੁਰ ਆਉਣਾ ਫਿਰ ਤ੍ਰੇਤਾ ਆਏਗਾ ਤਾਂ ਰਾਮ ਜੀ ਹੋਣਗੇ ਇੰਨਾ ਚਿਰ ਮੈਂ ਪਈ ਰਵਾਂਗੀ ਉਹਨੇ ਆਖਿਆ ਅੱਛਾ ਤੈਨੂੰ ਦਿੱਤਾ ਸਰਾਪ ਤਾਂ ਮੈਂ ਟਾਲ ਨਹੀਂ ਸਕਦਾ ਮੈਂ ਯੁੱਗ ਪਲਟਾ ਦਿੱਤਾ ਯੁੱਗ ਬਦਲਾ ਦਿੱਤਾ ਬਈ ਰਾਮ ਜੀ ਦਾ ਯੁੱਗ ਪਹਿਲਾਂ ਆ ਜਾਏਗਾ ਤ੍ਰੇਤਾ ਯੁੱਗ ਪਹਿਲਾਂ ਆ ਜਾਏਗਾ ਤੇ ਦੁਆਪੁਰ ਪਿੱਛੋਂ ਆਏਗਾ ਤੋਂ ਹਲਿਆ ਪੱਥਰ ਹੋਈ ਪਈ ਸੀ ਜਿਸ ਵੇਲੇ ਰਾਮ ਜੀ ਆਏ ਤਾਂ ਉਹਨਾਂ ਨੇ ਉਹ ਸਮਾਂ ਵਿਚਾਰ ਕੇ ਇਹ ਪੱਥਰ ਹਲਿਆ ਮੈਨੂੰ ਪਈ ਉਡੀਕਦੀ ਹੈ ਜਿਸ ਵੇਲੇ ਚਰਨਾਂ ਦੀ ਛੋਹ ਦਿੱਤੀ ਤਾਂ ਅਹਲਿਆ ਦਾ ਕਲਿਆਣ ਹੋਇਆ ਤੁਲਸੀਦਾਸ ਜੀ ਆਖਦੇ ਨੇ ਰਾਮ ਏਕ ਤਾਪਤ ਤੀਆ ਤਾਰੀ ਪੈਰ ਦੀ ਛੋਹ ਦੇ ਕੇ ਰਾਮ ਜੀ ਨੇ ਇੱਕ ਪੱਥਰ ਤਾਰਿਆ ਤੇ ਨਾਮ ਕੋਟ ਖਲ ਕੁਮਤ ਉਧਾਰੀ ਨਾਮ ਨੇ ਕਿਤਨੇ ਪੱਥਰ ਤਾਰੇ ਸਾਰੀ ਪੁੱਲ ਪੱਥਰਾਂ ਦੀ ਬਣਾਈ ਉੱਤੇ ਨਾਮ ਲਿਖ ਕੇ ਰਾਮ ਏਕ ਤਾਪਤ ਤੀਆ ਤਾਰੀ ਨਾਮ ਕੋਟ ਖਲ ਕੁਮਤ ਉਧਾਰੀ ਕਹੂੰ ਕਹਾਂ ਲਗ ਨਾਮ ਵਡਾਈ ਕਿ ਰਾਮ ਨਾ ਸਕੇ ਨਾਮ ਗੁਣ ਗਾਈ ਕਿ ਮੈਂ ਨਾਮ ਦੀ ਵਡਿਆਈ ਕਿਤਨੀ ਕੁ ਕਰਾਂ ਰਾਮ ਜੀ ਖੁਦ ਨਾਮ ਦੀ ਵਡਿਆਈ ਨਹੀਂ ਕਰ ਸਕਦੇ ਸਾਹਿਬ ਵੀ ਆਖਦੇ ਨੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਸਭ ਤੋਂ ਉੱਚਾ ਹੈ ਨਾਮ ਤੇ ਸਭ ਤੋਂ ਨੀਵੇਂ ਬੰਦਿਆ ਤੂੰ ਤੇ ਏਡੀ ਉੱਚੀ ਦਾਤ ਤੈਨੂੰ ਪ੍ਰਾਪਤ ਹੋਵੇ ਤੇ ਮੁੜ ਵੀ ਤੂੰ ਨਾ ਲਵੇ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ ਆਖਿਆ ਕਿਹੜਾ ਕਲੰਕ ਰਹਿ ਗਿਆ ਜਪਣ ਵਾਲੇ ਨੂੰ ਜਿਵੇਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਬਈ ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਹਿ ਰਾ ਕੌਣ ਕੋ ਕਲੰਕ ਰਹੋ ਰਾਮ ਨਾਮ ਲੇ ਤਹੀ ਪਤਤ ਪਵਿੱਤਰ ਭੈ ਰਾਮ ਕਹਿ ਤਹੀ ਪਰ ਸ਼ਰਤ ਇੱਕ ਹੈ ਕਿ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਏ ਕਿ ਜਪੀ ਪ੍ਰਤੀਤ ਨਾਲ ਬੇ ਸਿਦਕਾ ਨਾ ਹੋ ਜਾਵੇ ਇਹ ਨਾ ਆਖੀ ਮੈਂ ਇਤਨਾ ਚਿਰ ਜਪਿਆ ਮੈਨੂੰ ਕੀ ਮਿਲਿਆ ਜ਼ਰੂਰ ਮਿਲੇਗਾ ਜਪਿਆ ਵਿਅਰਥ ਜਾ ਹੀ ਨਹੀਂ ਸਕਦਾ ਬਾਣੀ ਗਵਾਹ ਹੈ ਗੁਰੂ ਜਾਮਨ ਹੈ ਤਾਂ ਜਪਿਆ ਵਿਅਰਥ ਨਹੀਂ ਜਾ ਸਕਦਾ ਸਾਹਿਬ ਆਖਦੇ ਨੇ ਇਹ ਜਪਣ ਵਾਲੀ ਬੁੱਧ ਕਿੱਥੋਂ ਪਾਏਗੀ ਇਹ ਜਪਣ ਵਾਲੀ ਮਤ ਕਿੱਥੋਂ ਆਵੇ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਇਹ ਬੁੱਧ ਉਹਨਾਂ ਨੂੰ ਆਈ ਜਿਹੜੇ ਸੰਗਤ ਦੇ ਨੇਮੀ ਕੀਰਤਨ ਨਾਲ ਕਰਨ ਵਾਲੇ ਪਿਆਰ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਠਾਕੁਰ ਐਸੋ ਨਾਮ ਤੁਮਾਰਾ
दोबारा पानी का छट्टा दे के आखिया कहो राम
ਵਰਨ ਸੁਣਾਵਤ। ਜਿਹੜਾ ਜਪ ਕੇ ਸੁੱਖ ਆਉਂਦਾ ਹੈ, ਉਹ ਸੁੱਖ ਮੈਂ ਕਿਵੇਂ ਆਖ ਕੇ ਸੁਣਾਵਾਂ, ਉਸ ਸੁੱਖ ਨੂੰ ਕਿਵੇਂ ਬਿਆਨ ਕਰਾਂ, ਮੇਰੀ ਜ਼ਬਾਨ ਵਿੱਚ ਤਾਕਤ ਨਹੀਂ। ਤੇ ਫਿਰ ਜਿਸ ਵੇਲੇ ਉਹ ਜਾਗਿਆ ਤੇ ਸੁੱਖ ਦਾ ਸਾਹ ਲਿਆ, ਤਾਂ ਲੋਈ ਨੇ ਇੱਕ ਤੀਜਾ ਛੱਟਾ ਹੋਰ ਦਿੱਤਾ ਤੇ ਆਖਿਆ ਕਹੋ ਰਾਮ। ਉਹ ਨਵਾਂ ਨਿਰਵਾਹ ਹੋ ਕੇ ਤਨ ਮਨ ਜਿਸਦਾ ਸ਼ੁੱਧ ਹੋਇਆ ਜਪ ਕੇ, ਲੋਈ ਦੇ ਜਪਾਇਆ ਉਸਨੇ ਜਪਿਆ, ਅਜੇ ਕਬੀਰ ਦਾ ਦਰਸ਼ਨ ਨਹੀਂ ਕੀਤਾ, ਤੇ ਜਿਸ ਵੇਲੇ ਜਾ ਰਿਹਾ ਤੇ ਕਹਿੰਦਾ ਜਾਂਦਾ ਧਨ ਕਬੀਰ ਧਨ ਕਬੀਰ ਧਨ ਕਬੀਰ। ਅੱਗੋਂ ਮਿਲੇ ਕਬੀਰ ਜੀ, ਕਿਉਂ ਬਈ ਤੂੰ ਕੀ ਤੱਕਿਆ ਕਬੀਰ ਦਾ, ਕੀ ਪ੍ਰਤਾਪ ਡਿੱਠੇ ਜੋ ਧਨ ਕਬੀਰ ਕਹੀ ਜਾਂਦਾ। ਉਹਨੇ ਆਖਿਆ ਜੀ ਮੈਂ ਕਬੀਰ ਅਜੇ ਦੇਖਿਆ ਹੀ, ਆਇਆ ਤਾਂ ਸਾਂ ਕਬੀਰ ਦਾ ਦਰਸ਼ਨ ਕਰਨ, ਪਰ ਕਬੀਰ ਜੀ ਘਰ ਨਹੀਂ ਤੇ ਮੈਂ ਦਰਸ਼ਨ ਕਰ ਨਹੀਂ ਸਕਿਆ, ਤੇ ਮੈਂ ਦਰਸ਼ਨ ਕੀਤੇ ਹਨ ਲੋਈ ਮਾਤਾ ਦੇ, ਜਿਸਨੇ ਤਿੰਨ ਵਾਰੀ ਰਾਮ ਅਖਾ ਕੇ ਮੇਰਾ ਘੋੜ ਕੱਟ ਦਿੱਤਾ, ਮੇਰਾ ਕਸ਼ਟ ਨਿਵਿਰਤ ਕਰ ਦਿੱਤਾ। ਇਸ ਵਾਸਤੇ ਮੇਰੇ ਮੂੰਹ ਸ਼ੁਕਰਾਨੇ ਵਿੱਚ ਪਿਆ ਨਿਕਲਦਾ ਹੈ ਧਨ ਕਬੀਰ ਧਨ ਕਬੀਰ। ਜਾਂ ਕਬੀਰ ਜੀ ਘਰ ਆਏ, ਲੋਈ ਆਈ ਨਮਸਕਾਰ ਕਰਨ, ਤਾਂ ਕਬੀਰ ਨੇ ਕੰਡ ਕਰ ਦਿੱਤਾ, ਲੋਈ ਦਾ ਰੋਣ ਨਿਕਲ ਗਿਆ, ਸਵਾਮੀ ਕੰਡ ਕਰ ਬੈਠੇ ਹੋ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਵਾਰੀ ਗੁਰੂ ਅਮਰਦਾਸ ਨੂੰ ਕੰਡ ਕੀਤੀ, ਖੰਡੂਰ ਵਿੱਚ ਰਹਿੰਦਾ ਸੀ ਇੱਕ ਤਪਾ ਸੀ, ਕੁਝ ਕਰਾ ਮਾਤੀ, ਪਰ ਬੜੀ ਈਰਖਾ ਇਸ ਨੂੰ ਗੁਰੂ ਨਾਨਕ ਦੇ ਘਰ ਨਾਲ, ਕਿ ਕਿਤਨੀ ਦੁਨੀਆਂ ਜਾਂਦੀ ਹੈ, ਮੱਥੇ ਟੇਕਦੀ ਹੈ, ਪ੍ਰਸਾਦ ਭੇਟ ਕਰਦੀ ਹੈ, ਮੇਰੇ ਵੱਲ ਕਦੀ ਕੋਈ ਆਉਂਦਾ। ਤੇ ਅੱਗੇ ਬਹੁਤ ਦੁਨੀਆਂ ਮੇਰੇ ਵੱਲ ਆਉਂਦੀ ਸੀ, ਆ ਜਿੱਦਣ ਦੇ ਗੁਰੂ ਅੰਗਦ ਸਾਹਿਬ ਆਏ ਖੰਡੂਰ, ਉਦਣ ਦੀ ਦੁਨੀਆਂ ਦਾ ਰੁੱਖ ਬਦਲ ਗਿਆ। ਮੀਂਹ ਨਾ ਪਿਆ ਕੁਝ ਚਿਰ, ਇਹਨੇ ਆਖਿਆ ਦੇਖਿਆ ਮੈਥੋਂ ਮੂੰਹ ਮੋੜਿਆ ਸੀ ਤੇ ਸੋਕਾ ਵਰਤ ਗਿਆ ਨਾ, ਹੁਣ ਵੀ ਜੇ ਚਾਹੋ ਤਾਂ ਮੀਂਹ ਪੈ ਸਕਦਾ। ਜੱਟਾਂ ਨੇ ਆਖਿਆ ਕਿਵੇਂ ਪੈ ਸਕਦਾ ਤਪਾ ਜੀ, ਕਿਸ ਤਰ੍ਹਾਂ? ਉਹਨੇ ਆਖਿਆ ਮੀਂਹ ਮੈਂ ਪਾ ਸਕਦਾ ਔਰ ਮੈਂ ਰੋਕਿਆ ਹੋਇਆ, ਇਸ ਸ਼ਰਤ ਤੇ ਮੀਂਹ ਪਾਵਾਂਗਾ ਵੀ ਗੁਰੂ ਅੰਗਦ ਸਾਹਿਬ ਨੂੰ ਖੰਡੂਰ ਚੋਂ ਕੱਢੋ। ਸੋਚਿਆ ਜੇ ਮੀਂਹ ਪਾ ਦੇਵੇ, ਕਿਉਂਕਿ ਕਿਸਾਨ ਤਾਂ ਮੀਂਹ ਦੇ ਆਸਰੇ ਜਿਉਂਦਾ, ਸਾਨੂੰ ਲੋੜ ਹੈ ਮੀਂਹ ਦੀ। ਆਏ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ, ਗਰੀਬ ਨਵਾਜ ਆਉਣ ਲੱਗ ਗਈ ਹੈ, ਸੋਕਾ ਵਰਤ ਗਿਆ, ਆਪ ਕਿਰਪਾ ਕਰੋ ਮੀਂਹ ਪਾਓ। ਉਹਨਾਂ ਨੇ ਕਰਕੇ ਉਂਗਲੀ ਦਾ ਇਸ਼ਾਰਾ ਤੇ ਆਖਿਆ ਬਈ ਇਹ ਤਾਂ ਸਭ ਕੁਝ ਉਹਦੇ ਵੱਸ, ਜਿਉਂ ਰਾਮ ਰੱਖੇ ਤਿਉਂ ਰਹੀਏ ਰੇ ਭਾਈ। ਆਖਣ ਲੱਗੇ ਫਿਰ ਸਾਨੂੰ ਤਾਂ ਨਕਦ ਮਿਲਦਾ, ਅਸੀਂ ਉਧਾਰ ਕਿਉਂ ਕਰੀਏ। ਤਪਾ ਆਖਦਾ ਮੈਂ ਮੀਂਹ ਪਾਉਣਾ ਜੇ ਤੁਸੀਂ ਖੰਡੂਰੋਂ ਚਲੇ ਜਾਓ। ਕਹਿਣ ਲੱਗੇ ਵੀ ਆਪੇ ਤਾਂ ਚਲੇ ਨਹੀਂ ਜਾਂਦੇ, ਜੇ ਤੁਹਾਨੂੰ ਨਹੀਂ ਸੁਖਾਉਂਦੇ ਤਾਂ ਸਾਡਾ ਮੰਜਾ ਚੁੱਕ ਕੇ ਜਿੱਥੇ ਮਰਜ਼ੀ ਛੱਡ ਦਿਓ। ਤੇ ਜੱਟਾਂ ਨੇ ਮੰਜਾ ਚੁੱਕ ਲਿਆ ਗੁਰੂ ਅੰਗਦ ਸਾਹਿਬ ਦਾ ਤੇ ਖੰਡੂਰ ਚੋਂ ਬਾਹਰ ਲਿਜਾ ਕੇ ਰੱਖਾ ਹੈ। ਪਿੱਛੋਂ ਆਏ ਗੁਰੂ ਅਮਰਦਾਸ, ਜਾਣ ਕੇ ਦੇਖਿਆ ਉਹ ਧਰਤੀ ਪੁਕਾਰ ਕਰ ਰਹੀ ਹੈ, ਰੋ ਰਹੀ ਹੈ ਕਿ ਇੱਥੇ ਕਦੇ ਚਰਨ ਪੈਂਦੇ ਸਨ, ਸੰਗਤਾਂ ਆਉਂਦੀਆਂ ਸਨ, ਕਿਹੜੀ ਗਹਿਮਾ ਗਹਿਮ ਸੀ, ਪਰ ਅੱਜ ਜਾਪਦਾ ਜਿਵੇਂ ਧਰਤੀ ਸੁੰਜੀ ਹੋਈ ਪਈ ਹੈ। ਕਿਸੇ ਨੂੰ ਪੁੱਛਿਆ ਕਿਉਂ ਬਈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ? ਆਖਿਆ ਕੁਛ ਨਾ ਪੁੱਛੋ, ਜੱਟਾਂ ਨੇ ਮੰਜਾ ਚੁੱਕ ਕੇ ਖੰਡੂਰੋਂ ਦੂਰ ਜਾ ਰੱਖਿਆ। ਕਿਉਂ? ਇਕਦਮ ਇਹ ਸਾਰੇ ਮੁਨਕਰ ਕਿਵੇਂ ਹੋ ਗਏ? ਆਖੇ ਮੀਂਹ ਚਾਹੁੰਦੇ ਸਨ, ਤਪੇ ਨੇ ਆਖਿਆ ਜੇ ਇਹਨੂੰ ਕੱਢੋ ਤਾਂ ਮੀਂਹ ਮੈਂ ਪਾ ਦਿੰਦਾ। ਮੀਂਹ ਵੀ ਕੋਈ ਨੀ ਪਿਆ ਤੇ ਗੁਰੂ ਤੋਂ ਵੀ ਬੇਮੁੱਖ ਹੋ ਗਏ। ਆਖਣ ਲੱਗੇ ਬਸ ਇਤਨੀ ਗੱਲ ਹੈ? ਜੱਟਾਂ ਨੂੰ ਸੱਦਿਆ, ਕਿਉਂ ਬਈ ਮੀਂਹ ਪਿਆ? ਅਖੇ ਜੀ ਕੋਈ ਨੀ ਪਿਆ, ਇਸ ਝੂਠੇ ਦੇ ਆਖੇ ਲੱਗ ਕੇ ਅਸੀਂ ਗੁਰੂ ਤੋਂ ਵੀ ਬੇਮੁੱਖ ਹੋਏ। ਤਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਅਨੰਦ ਸੇਵਕ
सेवादार गुरु अमरदास महाराज कह लगे जटो जे मी पा दईए फिर असी तुहाडे सेवक फिर तुहाडे गुलाम फिर जो हुक्म करोगे सानू प्रवान पएगा। आखे अच्छा इस तपे नू जेड़ा जट अपने खेत विच लै जाएगा उसे मी पै जाए। और सूरज छपन तो पहला तो जट आए तपे दे कोल, तपा जी जरा चलो साडे खेत विच। उन्हें आख्या क्यों? आखे बस तू चल, तेरे चलन नाल मी पएगा, ये भी अजमा के देख लईए। तपे ने आख्या अकल कर, इंज मी पैंदा? जट ने आख्या सीधी तरह चलेगा कि नहीं? दो ने बाहां फड़ लिया, तीजे ने पिछों धक्का दिता। जिस वेले लै गए खेत विच ते लगा मीह पैण। दूजे जट ने सोचिया इहदे खेत विच मीह पै गया ते मेरे खेत विच कोई ना पिया। वो अपने बंदे सद ले आया ते उहना ध्रू लिया ते उधरों सूरज छपण वाला हो गया। जटा ने आखिया वक्त थोड़ा है ते सारिया खेतां विच मीह किवें पवेगा। गुरु अमरदास पातशाह दे कोल आए जी थोड़ी जी मोहलत होर दियो, वक्त वधाओ क्योंकि सूरज छपण वाला है। कहन लगे भी वक्त तो नहीं वधाना, मोहलत नहीं मिलनी, हां जे तपे दा बेशक कोई अंग लै जावे। तो जटा ने आखिया अच्छा एदा अंग लै जाइए तो भी मीह पएगा। तो आ गए छुरियां लैके, कर दिते टपे दे टोटे। जिथे जाके ओ सुटिया टोटा शरीर का हिस्सा उठे ही मीह पिया। आखिया गुरु तो जो बेमुख करता है लोगों, जो गुरु का फिटकारिया होया वह यही हाल होना चाहिए। जिस वेले गए ना गुरु अंगद साहब सच्चे पातशाह दे कोल, भी चलो जटो गुरु नू मोड़ के लियाइए, जिमें मंजा चुक के लै गए साओ तिवें परत के लै आओ। ते जिस वेले जाके मत्था टेकिया तां साहब ने कंढ कर दी। आखिया अमरदास तेरे उत्ते मेरी खुशी कोई, जे मीह पाना सी तां मैं भी पा सकदा सां, ते जे मैं रजा विच रहा सां तां तैनू भी रहना बनदा सी। तू रजा दे उल्ट कीता इस वास्ते मैं सामने तेरे न होवांगा, तेनू कंड करा। तो गुरु अमरदास पातशाह रुन्ने ते आखिया गरीब नवाज होर भावे कुछ कोई कर लवे, मैं सब कुछ सह जावांगा, पर पातशाह तेरी निरादे। इस पामर ने जटा नू आख के तेरा मंजा नगर चो चुकवा के कढ़ाया, ते गरीब नवाज फिर नरका विच भी तो उसका यही हाल होना। तो ये उन्हों पता लगता है जिस नाल प्यार होवे ते वो कंड कर पवे। रो रो के गुरु अमरदास पातशाह ने फिर किवें मनाया। इसे तरह डोई भी रुन्नी आखिया करवत्र भला न करवट तेरी, करवत्र लैके आरा लैके मैनू चीर सुटो, मैं पीर ना मन्नांगी, पर तेरी करवट तेरी कंड कड ना कर। ये बड़ा दुख है, करवट भला न करवट तेरी, लाग गले सुन बेनती मेरी, हम वारी मुख फेर प्यारे, करवट दे मुखों काहे को मारे। कोई मेरे प्यार विच शक पिया है तो जो तन चीरो अंग न मोड़ो। मच्छी चिर गई रिज गई, खान वाले ने खा ली, पानी तो अंग न मुड़िया। खंड खंड कर भोजन कीनो, तऊ न बिसरियो पानी। मेरा प्यार अजमाने तो इंज अजमाओ कि जो तन चीरो अंग न मोड़ो, पिंड पड़े तो प्रीत न तोड़ो। पर मैनू समझ नहीं आ रही कौन तो फेरू विचालू आ गया कोई ऐसा जिसने साडे विच फर्क पा दिता, वाड़ा मन बदला दिता, तुसी कंड करके आन बैठे। हम तुम बीच बयो नहीं को, तुम्हें सुकंत नार हम सोई। दागो कबीर ने आख्या लोई तेरे ते बड़ा गुस्सा है भई, एक कोड़ी आया सी ना अखे जी आया सी, ते तू फिर उसनों तीन वारी खा के उसका घोड़ कटिया। अखे हां जी, बस लोई मैं इसे गलो नाराज हां कि तू राम एडा सस्ता ला दिता। एक वारी खाया कम नहीं सी बनता, त्रै वारी क्यों अखाया? राम एडा सस्ता लाया, नाम सस्ता नहीं। एक कंचन स्यों पाइए नहीं तोल, मन दे राम लिया है मोल।
मन दे राम लिया है मोल, और जिसने मोल ले लिया अब मैं राम अपना कर जाले। पर आईशा होवे तो जिवे मर्जी उड़ा छड़ो, जिवे मर्जी लुटा दियो, पर भाई जी अपनी होवे तो फिर अब मैं राम अपना कर जानिया, सहज सुभाए मेरा मन मानिया, मैं कछ कछ अंत न पाया, राम भगत बैठे घर आया, कहो कबीर चंचल मत त्यागी, केवल नाम जपत निज भागी, बड़े भाग होवन ता नाम चित आवे, ते लोई तू त्रै वारी अखा दिता, एक वारी अखांदियो ता भी कोड़ कटिया जांदा, ते तीन वारी क्यों अखाए, उस वेले लोई रुन्नी मैं भुल गई, ये मैनू ख्याल ही नहीं आया। राम बोलती बे मैं राम संग विच आवो, कथा कीर्तन नाल मन जोड़ो, साथ संगत इन भई तुहाडा डो